ਕਿ ਤਰ੍ਹਾਂ ਦੇ ਉਹ ਲਾਈਵ 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 ਸਟਾਰਟ ਹੋ ਗਿਆ ਲਾਈਵ ਸਟਾਰਟ ਸੋ ਨਮਸਕਾਰ ਸასიਖਾਲਾ ਆਦਾਬ ਜੀ ਮੈਂ ਜਸਵੰਤ ਸਿੰਘ ਰਾਠੌਰ ਤੇ ਇੱਕ ਗੱਲ ਇੱਕ ਮੈਨੂੰ ਯਾਦ ਆਈ ਕਿ ਦੁਨੀਆ ਜੀਵਨ ਚੱਕਰ ਹੈ ਕਹਿੰਦੇ ਮੀਚੂਆ ਬਿੱਲੀ ਤੋਂ ਡਰਦਾ ਬਿੱਲੀ ਕੁੱਤੇ ਤੋਂ ਕੁੱਤਾ ਬੰਦੇ ਤੋਂ ਬੰਦਾ ਜਨਾਨੀ ਤੋਂ ਜਨਾਨੀ ਫਿਰ ਚੂਹੇ ਤੋਂ ਤੇ ਜੀਵਨ ਚੱਕਰ ਮੁੜ ਕੇ ਉੱਥੇ ਆਂਦਾ ਮੈਂ ਜਦੋਂ ਪਹਿਲੀ ਵਾਰ ਜ਼ਿੰਦਗੀ 'ਚ ਫੇਸਬੁੱਕ ਤੇ ਆਈਡੀ ਬਣਾਈ ਸੀ ਕੁਲਚੇ ਛੋਲੇ ਖਾ ਕੇ ਫੋਟੋ ਪੋਸਟ ਕੀਤੀ ਥੱਲੇ ਕਮੈਂਟ ਆਏ ਕਹਿੰਦੇ ਨਾਈਸ ਨਾਈਸ ਬ੍ਰਦਰ ਬਹੁਤ ਅੱਛੇ ਲੱਗ ਰਹੇ ਤੇ ਉਹਨੇ ਨਜਮੜਾਤਾ ਤਾਂ ਮੈਂ ਸੈਲੀਬ੍ਰਿਟੀ ਵਾਲ ਤੇ ਉਹ ਕਰਦੇ ਕਰਦੇ ਕਲਾਕਾਰ ਬਣ ਗਏ ਦੇਖੋ ਅੱਜ ਜੀਵਨ ਚੱਕਰ ਉੱਥੇ ਫੇਸਬੁਕ ਆਫਿਸ ਲਾਈਵ ਆਏ ਆ ਤੇ ਕੁਲਚੇ ਛੋਲੇ ਦੀ ਪ੍ਰੋਮੋਸ਼ਨ ਕਰਨ ਇੱਕ ਵਾਰ ਤਾੜੀਆਂ ਸੋ ਜੀ ਅੱਜ ਅਸੀਂ ਫੇਸਬੁਕ ਆਫਿਸ ਤੋਂ ਡਾਇਰੈਕਟ ਲਾਈਵ ਆ ਸਾਡੀ ਫਿਲਮ ਕੁਲਚੇ ਛੋਲੇ ਜਿਹੜੀ 11 ਨਵੰਬਰ ਨੂੰ ਰਿਲੀਜ਼ ਹੋ ਰਹੀ ਆ ਤੇ ਮੇਰੇ ਨਾਲ ਫਿਲਮ ਦੀ ਸਟਾਰ ਕਾਸਟ ਮੇਰੇ ਨਾਲ ਨਹੀਂ ਮੈਂ ਵੀ ਸਟਾਰ ਕਾਸਟ ਹੀ ਆ ਇਹਨਾਂ ਨੇ ਮੈਨੂੰ ਐਨਕਲਾਈਟ ਡਿਊਟੀ ਲਈ ਹੈ ਮੈਨੂੰ ਟੱਪੜੀ ਬਣਾਇਆ ਪਿੱਛੇ ਉਹ ਪਿਛਲਾ ਟੈਰਿ ਬਣਾਉਂਦੇ ਵਿੱਚ ਵੀ ਚਲਾ ਲੈਂਦੇ ਆ ਪਹਿਲਾਂ ਗੱਲ ਕਰਦੇ ਆ ਲੇਡੀਸ ਫਰਸਟ ਲੇਡੀਸ ਫਰਸਟ ਲੇਡੀਸ ਜਿਹੜੀ ਬਣੀ ਨਹੀਂ ਗਰਲ ਫਰਸਟ ਜਨਤ ਜ਼ੁਬੇਰ ਦੇਖੋ ਫਿਲਮ ਦਾ ਨਾਮ ਹੈ ਕੁਲਚੇ ਛੋਲੇ ਹੈ ਨਾ ਜੀ ਹਾਂਜੀ ਐ ਇਧਰ ਕੁਲਚਾ ਇਹ ਉਤੇ ਮੱਖਣ ਰੱਖਿਆ ਤੇ ਇਧਰ ਛੋਲੇ ਛੋਲੇ ਥੱਲੇ ਲੱਗੇ 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 ਮੈਨੂੰ ਲੱਗਿਆ ਮੈਂ ਛੋਲੇ ਆ ਨਾ ਨਹੀਂ ਉਹ ਕਾਲਾ ਹੈ ਨਾ ਜੇ ਜੇ ਤੈਨੂੰ ਛੋਲੇ ਕਹਤਾ ਵੇ ਕਹਿੰਨੇ ਆਣਗੇ ਨਾ ਚਟੇ ਛੋਲੇ ਬਣਾਏ ਰਹਿ ਨੇ ਨਹੀਂ ਨਹੀਂ ਬਣਾਏ ਨੇ ਸੋ ਜਨਤ ਜਨਨ ਦੀ ਡੈਬਿਊ ਫਿਲਮ ਆ ਤੇ ਜਿਵੇਂ ਦਰਵਾਜ ਕਈ ਵਾਰੀ ਗੱਲ ਕਰਦਾ ਹੁੰਦਾ ਕਹਿੰਦਾ 45 ਮਿਲੇ ਨਾ ਅੱਧਾ ਹਿੰਦੁਸਤਾਨ ਹੈ ਆਪਣੇ ਪੇਜ ਤੇ ਲਈ ਫਿਰਦੀ ਪੱਕੀ ਗੱਲ ਤੇ ਜੰਨਤ ਅੱਜਾ ਤੈਨੂੰ ਕਮੈਂਟਸ ਬੜੇ ਆਂਦੇ ਆ ਫੇਸਬੁਕ ਤੇ ਨਾ ਅੱਜ ਵੀ ਆਣਗੇ ਤੇ ਸਭ ਤੋਂ ਪਹਿਲਾਂ ਇਹ ਦੱਸ ਸਾਨੂੰ ਲਾਈਵ ਲੋਕੀ ਦੇਖ ਰਿਆ ਸਾਰੇ ਹੈ ਨਾ ਅੱਜ ਫਿਲਮ ਆ ਰਹੀ ਤੇਰੀ ਪੂਰੇ ਪੂਰੇ ਵਰਲਡ ਦੇ ਵਿੱਚ ਫੇਸਬੁਕ ਲਾਈਵ ਤੋਂ ਐਂਟਰੀ ਹੋ ਰਹੀ ਆ ਪਾ ਖੁਸ਼ ਨਸੀਬ ਆ ਕਿਸੇ ਇਦਾਂ ਕਦੇ ਨਹੀਂ ਹੋਇਆ

थोड़ी नर्वसनेस भी आ मेरे हाथ थोड़े थोड़े ठंडे भी आ थोड़े स्वेटी भी हैं क्योंकि थोड़ी ऑब्वियसली डेब्यू फिल्म है hmm. uh, अब तक के तो लोगों बहुत बहुत पसंद आए गाने बहुत पसंद आए हैं हमारे hmm. जिने भी ग्लिम्सेस पोस्टर्स इंटरव्यूज लोगों ने बहुत पसंद आए हैं थैंक यू सो मच थैंक यू सो मच और uh, आई जस्ट होप कि आज हमारा ट्रेलर आ रहा है तो प्लीज जाकर देखना सब लोग जितने भी लोग लाइव देख रहे हैं आप सब जाकर ट्रेलर देखिएगा जो एक कमेंट आया कमेंट आया उधर नहीं मेरे अंदर पंजाबी फिल्में हिंदी में बोली जानी है पंजाबी है, कर, भी बात कर तू आ कट दो तू मैं तो दोनों में बात करूंगी करूंगी क्या बात है

ਜਿਹੜਾ ਪੰਜਾਬੀ ਨਾ ਬੋਲੇ ਉਹਨੂੰ ਲਾਈਕ ਨਹੀਂ ਕਰਦੀ ਆਡियंस ਸਟ੍ਰੇਟ ਫਾਰਵਰਡ ਆ ਪਰ ਜੰਨਤ ਨੇ ਮੈਂ ਸੁਣਿਆ ਕਮਾਲ ਕੀਤੀ ਹੈ ਕਿਉਂਕਿ ਅਸੀਂ ਫਿਲਮ ਚ ਕੰਮ ਕੀਤਾ ਇਹ ਬੰਬੇ ਤੋਂ ਆ ਹੈ ਨਾ ਇੱਥੇ ਜੰਮੀ ਪਈ ਹੈ ਤੇ ਪਰ ਪੰਜਾਬੀ ਬੜੀ ਵਧੀਆ ਬੋਲੀ ਆ ਐ ਦੇਖ ਕੇ ਲੱਗੇਗਾ ਜਿਵੇਂ ਕਿ ਮੰਗਲੀ ਪਿੰਡ ਦੀ ਲੁਧਿਆਣੇ ਦੀ ਤੇ ਜੰਨਤ ਇਹਦੇ ਵਾਸਤੇ ਮੈਂ ਸੁਣਿਆ ਕਿ ਇਹ ਜਿਹੜੇ ਪ੍ਰੋਡਿਊਸਰ ਸਾਹਿਬ ਸਾਡੇ ਸੁਮਿਤ ਭਾਜੀ ਹਾਂਜੀ ਸਾਹਿਬ ਉਹਨਾਂ ਨੇ ਤੁਹਾਨੂੰ ਕੁਝ ਚੈਲੰਜ ਰੱਖਿਆ ਸੀ ਪਹਿਲਾਂ ਪੰਜਾਬੀ ਸਿੱਖੀ ਜਾਂ ਬੜੀ ਆਸਾਨੀ ਨਾਲ ਮਿਲ ਗਈ ਫਿਲਮ ਤੈਨੂੰ ਪਹਿਲਾਂ ਇਹ ਦੱਸ See, honestly, तो मैं फिल्म आसानी मिली है कि नहीं होता मैं नहीं पता इना क्लीयरली बट ये चैलेंज ती क्योंकि आ, मेरे तो दो ऑप्शन भी है कि या तो हुँ. मैं डबिंग करा लूँ अगर क्लियर अच्छे से नहीं बोल पाई तो ये तो था कि अगर अच्छे से नहीं बोल पाई तो शायद डबिंग हो जाएगी मेरी

ਕਿਸੇ ਹੋਰ ਕੀ ਆਵਾਜ਼ ਹੋਗੀ ਤਾਂ ਉਹ ਤਾਂ ਬਿਲਕੁਲ ਵੀ ਡਾਈਜੈਸਟੇਬਲ ਨਹੀਂ ਤਾਂ ਇਦਾਂ ਲੱਗਣਾ BMW ਲੈ ਲਈ ਤੇ ਹੌਣ ਮਰੂਤੀ ਵਾਲੇ ਲਾਤੇ ਕਿਉਂਕਿ ਕਿਉਂਕਿ ਮਿਮਿਕਰੀ ਤਾਂ ਹੀ ਹੁੰਦੀ ਹੈ ਜੇ ਐਕਟਰ ਦੀ ਆਵਾਜ਼ ਹੁੰਦੀ ਹੈ ਆਵਾਜ਼ ਬਹੁਤ ਆਵਾਜ਼ ਮੇਨ ਚੀਜ਼ ਆਵਾਜ਼ ਤੋਂ ਦਿਲਰਾਜ ਨੇ ਆਵਾਜ਼ ਵਾਲੀ ਗੱਲ ਕੀਤੀ ਕਿਉਂਕਿ ਇਹ ਬੰਦਾ ਆਵਾਜ਼ ਤਾਂ ਐਂਟਰ ਕੀਤਾ ਕਿਆ ਬੁਲੰਦ ਆਵਾਜ਼ ਹੈ ਦਿਲਰਾਜ ਦੀ ਦਿਲਰਾਜ ਆਪਣੇ ਪੰਜਾਬ ਤਾਂ ਚੱਲਦਾ ਹੀ ਆ ਹਨਾ ਸਾਰੇ ਕਹਿੰਦੇ ਵੀ ਜਿਹੜਾ ਸਿੰਗਰ ਆ ਉਹ ਐਕਟਰ ਹੁੰਦਾ ਹੀ ਆ ਹਾਂਜੀ ਕਿਉਂਕਿ ਉਹਨੂੰ ਐਕਟਿੰਗ ਆਵੇ ਨਾ ਆਵੇ ਕਿਉਂਕਿ ਉਹਨੂੰ ਜਿਹੜਾ ਸਿੰਗਰ ਲੋਕੀ ਦੇਖਣ ਚੱਲ ਜਾਂਦੇ ਨੇ ਸਾਡਾ ਹੀਰੋ ਹੈ ਬਟ ਦਿਲਰਾਜ ਤੇ ਬੜੇ ਗੱਲਾਂ ਗੱਲਾਂ ਜੇ ਮੈਂ ਦੱਸ ਵੀ ਦਵਾ ਭਰਾਵਾ ਮੈਂ ਐਕਟਰ ਹੀ ਹਾਂ ਫਿਲਮ ਚ ਤੇ ਮੈਨੂੰ ਐਂਕਰ ਹੀ ਨਾ ਗੱਲਾਂ ਸਮਝ ਲਿਓ ਤੇ ਅੱਜ ਮੈਂ ਪੂਰੀ ਤਾਂ ਹੀ ਰੂਪ ਚ ਵੀ ਨਹੀਂ ਆਇਆ ਤੁਹਾਨੂੰ ਟ੍ਰੇਲਰ ਚ ਪਤਾ ਲੱਗੇਗਾ ਤੇ ਦਿਲਰਾਜ ਤੇਰਾ ਪੈਸ਼ਨ ਜਿਹੜਾ ਅਸਲੀ ਕੀ ਹੈ ਐਕਟਿੰਗ ਹੈ ਕਿ ਸਿੰਗਿੰਗ ਹੈ ਅ ਮੇਰਾ ਪਹਿਲਾ ਜਿਹੜਾ ਪੈਸ਼ਨ ਜਿਹਨੂੰ ਜਿਹਨੂੰ ਮੈਂ ਬਹੁਤ ਮਤਲਬ ਦਿਲੋਂ ਚਾਹਣਾ ਮੇਰਾ ਲਿਖਣਾ ਸੀ ਅਚਾ ਹਾਂ ਰਾਈਟਰ ਕਮਾਲ ਬਹੁਤ ਵਧੀਆ ਜ਼ਬਰਦਸਤ ਰਾਈਟਰ ਤੇ ਦਿਲਰਾਜ ਇਹ ਮੌਕੇ ਤੇ ਜਿਹਨੂੰ ਕਹਿੰਦਾ ਨਾ ਆਮਦ ਹੁੰਦੀ ਐ ਸੈਕੰਡਰ ਜੀ ਗਾਣਾ ਬਣਾ ਦਿੰਦਾ ਕਿਆ ਬਾਤ ਹੈ ਉਤੋਂ ਬਾਅਦ ਫਿਰ ਜਦੋਂ ਲਿਖਿਆ ਤੇ ਫਿਰ ਉਹਨੂੰ ਕੋਈ ਗਾਉਣ ਵਾਲਾ ਵੀ ਚਾਹੀਦਾ ਹੈ ਹਨਾ ਤੇ ਫਿਰ ਕੋਈ ਹੋਰ ਕਿਉਂ ਗਾਵੇ ਮੇਰੀ ਚੀਜ਼ ਮੈਂ ਆਪ ਕਿਉਂ ਨਗਾਵਾ ਫਿਰ ਠੀਕ ਹੈ ਜਿਵੇਂ ਜੰਨਤ ਨੇ ਕਿਹਾ ਕਿ ਮੇਰੀ ਆਵਾਜ਼ ਮੈਂ ਆਪਕੇ ਹਨਾ ਸੋ ਉਹਦਾ ਅਗਲਾ ਜਿਹੜਾ ਪੜਾ ਹੁੰਦਾ ਹਨਾ ਉਹ ਹੁੰਦਾ ਐਕਟਿੰਗ ਕਿਉਂਕਿ ਹਰ ਇੱਕ ਆਰਟਿਸਟ ਚਾਹੁੰਦਾ ਕਿ ਉਹ 70mm ਸਕਰੀਨ ਤੇ ਦੇਖੇ ਸੋ ਸੁਪਨਾ ਹੁੰਦਾ ਸੋ ਮੈਂ ਵੀ ਉਹ ਭੀੜ ਵਿੱਚੋਂ ਇੱਕ ਆਰਟਿਸਟਾਂ ਜਿਹੜਾ ਮੂਰੇ ਆ ਆ ਵਾਹ ਮੈਨੇ ਭੀੜ ਕਿਉਂ ਨਹੀਂ ਆਇਆ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਮੈਂ ਕਹਾਵਤ ਹੈ ਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਕਰਾਊਡ ਹੈ ਕਰਾਊਡ ਪੁੱਲਰ ਇੱਕ ਲਕੀਰ ਇਧਰ ਕਰਾਊਡ ਖੜੀ ਹੁੰਦੀ ਹੈ ਇਧਰ ਕਰਾਊਡ ਕੋ ਇਕੱਠਾ ਕਰਨ ਵਾਲਾ ਸੋ ਉਸਕੇ ਲਈ ਮਿਹਨਤ ਲੱਗਦੀ ਹੈ ਉਹ ਲੱਗਤੀ ਭੀੜ ਹੈ ਲੇਕਿਨ ਹੋਤੀ ਨਹੀਂ ਤਾਂ ਦiraj ਉਹਨਾਂ ਵਿੱਚੋਂ ਇੱਕ ਹੈ ਤੇ ਮੈਂ ਕਿਹਾ ਚਲੋ ਗੱਲਾਂ ਬਾਤਾਂ ਕਰ ਰਹੇ ਜਿਹੜਾ ਆਪਣਾ ਗਾਣਾ ਦੋ ਗਾਣੇ ਆਪਣੇ ਆਏ ਰੂਹ ਔਰ ਪੰਜਾਬੀ ਜੱਜ ਦੇ ਤੇ ਪੰਜਾਬੀ ਜੱਜ ਨੇ 10 ਦਿਨੋਂ ਮੈਂ 11 ਮਿਲੀਅਨ ਪਲੱਸ ਆਸਮਾਨ थैंक यू ਸੋ ਮਚ थैंक यू ਦਾਸ थैंक यू ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਥੈਂਕਸ ਟੂ ਆਲ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਪਿਆਰ ਦਿੱਤਾ ਪੰਜਾਬੀ ਜੱਜ ਦੇ ਕਿਉਂਕਿ ਪੰਜਾਬੀ ਜੱਜ ਦੇ ਮੈਨੂੰ ਇਦਾਂ ਲੱਗਦਾ ਕਿ ਜਿਵੇਂ ਖਾਣਾ ਗਾਣਾ ਤੇ ਹਸਾਣਾ ਪੰਜਾਬੀਆਂ ਦੇ ਹਿੱਸੇ ਆ ਇਸੇ ਕਰਕੇ ਕੁਲਚੇ ਛੋਲੇ ਜੋ ਸਾਰੀਆਂ ਚੀਜ਼ਾਂ ਹੈਗੀਆਂ ਇਹ ਚ ਗਾਣਾ ਵੀ ਆ ਖਾਣਾ ਵੀ ਹਸਾਣਾ ਵੀ ਤੇ ਦੋ ਲਾਈਨਾਂ ਫਿਰ ਆਪਾਂ ਥੋੜਾ ਜਿਹੜੇ ਨਵੇਂ ਆਡੀਅנס ਜੁੜੀ ਉਹਨਾਂ ਨੂੰ ਵੀ ਦਿਖਾ ਲਈ ਆਪਾਂ ਆਪਣਾ ਗਾਣਾ ਬਟ ਨਾਲ ਤੇਰੀਆਂ ਦੋ ਲਾਈਨਾਂ ਪਹਿਲਾਂ ਲਾਈਵ ਵੀ ਸੁਣਨਾ ਹੈ ਲਾਈਵ ਤੋਂ ਨਾਲ ਹੀ ਫਿਰ ਆਪਾਂ ਦਰਸ਼ਕਾਂ ਨੂੰ ਵੀ ਦਿਖਾਨੇ ਸਾਡਾ ਪੰਜਾਬੀ ਜਜ਼ਦੀ ਰੂਹ ਚ ਚਲ ਮੈਂ ਜੰਨਤ ਲਈ ਜਾਉਣਾ ਹਾਂ ਹਾਂ ਕਿਉਂ ਆਹੀਂ ਕੀ ਬਾਬਾ ਪੰਜਾਬੀ ਜਜ਼ਦੀ ਰੂਹ ਵਾਟ 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 ਪਹਿਲਾਂ ਪੰਜਾਬੀ ਜਜ਼ਦੀ ਰੂਹ ਬਾਅਦ ਚ ਠੀਕ ਹੈ ਪਹਿਲਾਂ ਪੰਜਾਬੀ ਜਜ਼ਦੀ ਬੁੱਲ ਤੇਰੇ ਲਾਲ ਲਾਲ ਅੱਖਾਂ ਬਿਲੋ ਗੋਲਨੀ ਬੁੱਲ ਤੇਰੇ ਲਾਲ ਲਾਲ ਅੱਖਾਂ ਬਿਲੋ ਗੋਲਨੀ ਨੱਕੇ ਵਾਲਾ ਕੋਕਾ ਤੇਰਾ ਮਰੂ ਤੜਕੇ ਨਹੀਂ ਬਿਲੋ ਮਰੂਗਾ ਜੱਟਾਂ ਦਾ ਪੁੱਤ ਸਿਰ ਛੜਕੇ ਨਹੀਂ ਬਿਲੋ ਮਰੂਗਾ ਜੱਟਾਂ ਦਾ ਪੁੱਤ ਸਿਰ ਛੜਕੇ ਨਹੀਂ ਬਿਲੋ ਮਰੂਗਾ ਜੱਟਾਂ ਦਾ ਪੁੱਤ ਓਏ ਹੋਏ ਕੀ ਬਾਤ ਹੈ ਥੈਂਕ ਯੂ